ਸਿੱਖਾਂ ਦੀ ਸ਼੍ਰੋਮਣੀ ਸੰਸਥਾ ਦੀ ਚੋਣ ਸਿੱਖਾਂ ਦੇ ਹੱਥ ਵਿੱਚ ਕਿਉਂ ਨਹੀਂ ਹੈ ਸਰਕਾਰ ਕਿਉਂ ਫੈਸਲਾ ਲੈਂਦੀ ਹੈ ਕਿ ਚੋਣ ਕਦੋਂ ਕਰਵਾਉਣੀ ਹੈ ਤਖਤਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦਾ ਪ੍ਰਧਾਨ ਗੈਰ ਸਿੱਖ ਲਾ ਦਿੱਤਾ ਗਿਆ ਇਹ ਨਿਯੁਕਤੀ ਵੀ ਮਹਾਰਾਸ਼ਟਰ ਸਰਕਾਰ ਨੇ ਕੀਤੀ ਹੈ ਆਖਿਰਕਾਰ ਸਿੱਖਾਂ ਦੀਆਂ ਸੰਸਥਾਵਾਂ ਇਸ ਕਦਰ ਸਰਕਾਰ ਦੇ ਅਧੀਨ ਕਿਉਂ ਹਨ ਸਿੱਖ ਸੰਸਥਾਵਾਂ ਇੰਨੀਆਂ ਕਮਜ਼ੋਰ ਕਿਉਂ ਹੋ ਗਈਆਂ ਨੇ ਕਿ ਸਰਕਾਰਾਂ ਇਹਨਾਂ ਦੀ ਗੱਲ ਨੂੰ ਗੰਭੀਰਤਾ ਦੇ ਨਾਲ ਲੈਂਦੀਆਂ ਹੀ ਨਹੀਂ ਇਸ ਸਵਾਲ ਮੇਰੇ ਸਮੇਤ ਤੁਹਾਡੇ ਚੁਕਈਆਂ ਦੇ ਮਨ ਚ ਉੱਠਦੇ ਹੋਣਗੇ ਤੇ ਅੱਜ ਇਹਨਾਂ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰ ਸ਼ਰਨਕੌਰ ਅੱਜ ਇਸ ਖਾਸ ਸਟੋਰੀ ਦੇ ਵਿੱਚ ਬਹੁਤ ਸਾਰੇ ਸਵਾਲ ਪਹਿਲਾਂ ਆਪਣੇ ਸਾਹਦੇ ਸਾਹਮਣੇ ਆਪਾਂ ਰੱਖਦੇ ਆਂ ਮਸੰਦਾ ਤੋਂ ਗੁਰੂਕਰ ਆਜ਼ਾਦ ਕਰਵਾਉਣ ਤੋਂ ਬਾਅਦ ਹੋਂਦ ਵਿੱਚ ਆਈ ਐਸਜੀਪੀਸੀ ਦਾ ਵजूद ਕੀ ਵਕਈ ਖਤਰੇ ਦੇ ਵਿੱਚ ਹੈ ਗੁਰਦੁਆਰੇ ਦੇ ਪ੍ਰਬੰਧਾਂ ਨੂੰ ਲੈ ਕੇ ਵਾਰੀ-ਵਾਰੀ ਐਸਜੀਪੀਸੀ ਤੇ ਸਵਾਲ ਕਿਉਂ ਉੱਠਦੇ ਨੇ ਕਿ ਇਸੇ ਦਾ ਨਤੀਜਾ ਹੈ ਕਿ ਚੋਰ ਮੋਰੀਆਂ ਦੇ ਜ਼ਰੀਏ ਸਰਕਾਰ ਲਗਾਤਾਰੇ ਕੋਸ਼ਿਸ਼ ਕਰ ਰਹੀ ਹੈ ਕਿ ਉਹ ਪ੍ਰਬੰਧਾਂ ਦੇ ਵਿੱਚ ਅਸਿੱਧੇ ਤਰੀਕੇ ਦੇ ਨਾਲ ਦਖਲਅੰਦਾਜ਼ੀ ਕਰੇ ਕੀ ਪੰਜਾਬ ਸਰਕਾਰ ਦੇ ਵੱਲੋਂ ਗੁਰਬਾਣੀ ਦੇ ਪ੍ਰਸਾਰਨ ਲਈ ਬਣਾਇਆ ਗਿਆ ਗੁਰਦੁਆਰਾ ਸੋਧ ਬਿੱਲ ਪਿੱਛੇ ਮਕਸਦ ਕਿਸੇ ਇੱਕ ਪਰਿਵਾਰ ਦਾ ਕਬਜ਼ਾ ਖਤਮ ਕਰਕੇ ਗੁਰ ਆਣੀ ਨੂੰ ਘਰ-ਘਰ ਮੁਫਤ ਪਹੁੰਚਾਉਣ ਤੱਕ ਦਾ ਹੀ ਹੈ ਕੀ ਭਾਰਤ ਸਰਕਾਰ ਅਧੀਨ ਸੰਵਿਧਾਨਿਕ ਸੰਸਥਾ ਘਟ ਗਿਣਤੀ ਕਮਿਸ਼ਨ ਪੰਜਾਬ ਸਰਕਾਰ ਦੇ ਜ਼ਰੀਏ ਐਸਪੀਸੀ ਤੋਂ ਹਿਸਾਬ ਮੰਗ ਸਕਦੀ ਹੈ ਜਾਂ ਫਿਰ ਤਖਤ ਹਜ਼ੂਰ ਸਾਹਿਬ ਦੇ ਵਿੱਚ ਗੈਰ ਸਿੱਖ ਨੂੰ ਪ੍ਰਸ਼ਾਸਨਿਕ ਬਣਾਉਣਾ ਸਾਡੇ ਧਰਮ ਤੇ ਮਰਿਆਦਾ ਦੇ ਵਿੱਚ ਦਖਲਅੰਦਾਜ਼ੀ ਨਹੀਂ ਆਖੇ ਸਰਕਾਰ ਕਿਉਂ ਸਿੱਧੇ ਜਾਂ ਫਿਰ ਅਸਿੱਧੇ ਤਰੀਕੇ ਨਾਲ ਸਿੱਖ ਸੰਸਥਾਵਾਂ ਦੇ ਵਿੱਚ ਦਖਲਅੰਦਾਜ਼ੀ ਕਰਕੇ ਇਸ ਨੂੰ ਆਪਣੇ ਪ੍ਰਭਾਵ ਅਧੀਨ ਲਿਆਉਣਾ ਚਾਹੁੰਦੀ ਹੈ ਕਿ ਇਹਦੇ ਲਈ ਐਸਜੀਪੀਸੀ ਆਪ ਹੀ ਜ਼ਿੰਮੇਵਾਰ ਹੈ ਸੰਸਥਾਵਾਂ ਸਾਡੀਆਂ ਆਪ ਹੀ ਜ਼ਿੰਮੇਵਾਰ ਨਹੀਂ ਕੀ ਇਹਨਾਂ ਸਾਰੇ ਵਿਵਾਦਾਂ ਦਾ ਹੱਲ ਆਲ ਇੰਡੀਆ ਗੁਰਦੁਆਰਾ ਐਕਟ ਬਣਨ ਤੋਂ ਬਾਅਦ ਹੋ ਜਾਏਗਾ ਇਹ ਸਾਰੇ ਸਵਾਲ ਸਾਡੇ ਸਭ ਦੇ ਸਾਹਮਣੇ ਨੇ ਸਿੱਖ ਪੰਥ ਦੇ ਵਿੱਚ ਉੱਠੇ ਇਹਨਾਂ ਸਵਾਲਾਂ ਦਾ ਜਵਾਬ ਲੱਭਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਸ ਮਕਸਦ ਦੇ ਨਾਲ ਐਸਜੀਪੀਸੀ ਹੋਂਦ ਵਿੱਚ ਆਈ ਸੀ ਉਸ ਦਾ ਪ੍ਰਭਾਵ ਹੌਲੀ-ਹੌਲੀ ਘਟ ਹੋ ਕੇ ਸਿਰਫ ਬਿਆਨਬਾਜ਼ੀਆਂ ਤੇ ਚਿੱਠੀਆਂ ਤੱਕ ਹੀ ਸੀਮਤ ਰਹਿ ਗਿਆ ਜਾਪਦਾ ਹੈ ਯਾਨੀ ਕਿ ਕਮੇਟੀ ਦਾ ਪ੍ਰਭਾਵ ਕਮੇਟੀ ਜਾਂ ਤਾਂ ਚਿੱਠੀਆਂ ਦੇ ਜ਼ਰੀਏ ਆਪਣਾ ਵਿਰੋਧ ਸਰਕਾਰ ਤੱਕ ਪਹੁੰਚਾਉਂਦੀ ਹੈ ਜਾਂ ਫਿਰ ਪ੍ਰੈਸ ਕਾਨਫਰੰਸਾਂ ਦੇ ਜ਼ਰੀਏ ਜ਼ਮੀਨੀ ਪੱਧਰ ਤੇ ਇਸ ਦਾ ਅਸਰ ਬਿਲਕੁਲ ਵੀ ਨਹੀਂ ਹੋ ਰਿਹਾ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਤਖਤ ਸਚਕਣ ਸ੍ਰੀ ਹਜ਼ੂਰ ਸਾਹਿਬ ਵਿਖੇ ਤਾਜ਼ਾ ਮਾਮਲੇ ਤੋਂ ਜਿਸ ਦਾ ਵਿ ਸਰਬ ਦੀ ਪ੍ਰਬੰਧਕੀ ਕਮੇਟੀ ਨੂੰ ਬੋਰਡ ਦੇ ਵੱਲੋਂ ਚਲਾਇਆ ਜਾਂਦਾ ਹੈ ਬੋਰਡ ਦਾ ਕਾਰਜਕਾਲ ਪਿਛਲੇ ਸਾਲ ਖਤਮ ਹੋ ਗਿਆ ਸੀ ਜਿਸ ਤੋਂ ਬਾਅਦ ਸਰਕਾਰ ਨੇ ਮਹਾਰਾਸ਼ਟਰ ਦੇ ਸਾਬਕਾ ਡਿਜੀਪੀ ਪੀਐਸ ਪਸਰੀਚਾ ਨੂੰ ਪ੍ਰਸ਼ਾਸਨਿਕ ਦੇ ਤੌਰ ਤੇ ਜ਼ਿੰਮੇਵਾਰੀ ਸੌਂਪੀ ਸੀ ਉਹਨਾਂ ਦਾ ਕਾਰਜਕਾਲ 31 ਜੁਲਾਈ ਨੂੰ ਖਤਮ ਹੋਇਆ ਤਾਂ ਉਹਦੇ ਵਿੱਚ ਵਾਧਾ ਕਰਨ ਦੀ ਥਾਂ ਮਹਾਰਾਸ਼ਟਰ ਦੀ ਸਰਕਾਰ ਨੇ ਪ੍ਰਬੰਧ ਦੀ ਜ਼ਿੰਮੇਵਾਰੀ ਨਾਂਦੇੜ ਦੇ ਕਲੈਕਟਰ ਅਭੀਜੀਤ ਰਾਜੇਂਦਰ ਰਾਉਤ ਨੂੰ ਦੇ ਦਿੱਤੀ ਯਾਨੀ ਕਿ ਬੋਰਡ ਦਾ ਮੁਖੀ ਇੱਕ ਗੈਰ ਸਿੱਖ ਬਣਾਇਆ ਗਿਆ ਸਿਰ ਤੇ ਦਸਤਾਰ ਵੀ ਨਹੀਂ ਹੈ ਬਸ ਇਸ ਤੋਂ ਵਿਵਾਦ ਸ਼ੁਰੂ ਹੋ ਗਿਆ ਐਸਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਤੇ ਸਖਤ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਆਖਿਰਕਾਰ ਮਹਾਰਾਸ਼ਟਰ ਦੀ ਸਰਕਾਰ ਕਿਵੇਂ ਇੱਕ ਗੈਰ ਸਿੱਖ ਨੂੰ ਗੁਰੂ ਘਰ ਦੀ ਮਰਿਆਦਾ ਦੀ ਜ਼ਿੰਮੇਵਾਰੀ ਸੌਂਪ ਸਕਦੀ ਹੈ ਕਮੇਟੀ ਨੂੰ ਕਮੇਟੀ ਨੇ ਮਹਾਰਾਸ਼ਟਰ ਸਰਕਾਰ ਨੂੰ ਚਿੱਠੀ ਲਿਖੀ ਹੈ ਤੇ ਵਿਰੋਧ ਜਤਾਇਆ ਹੈ ਮਹਾਰਾਸ਼ਟਰ ਦੀ ਸਰਕਾਰ ਵੱਲੋਂ ਗੈਰ ਸਿੱਖ ਪ੍ਰਬੰਧਕ ਲਾ ਕੇ ਇਹ ਮਰਿਆਦਾ ਦਾ ਉਲੰਘਣ ਨਹੀਂ ਕੀਤਾ ਸਿੱਖ ਮਸਲਿਆਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕੀਤੀ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਾਰਾਸ਼ਟਰ ਦੀ ਸਰਕਾਰ ਨੂੰ ਪਹਿਲਾਂ ਅਸੀਂ ਈਮੇਲ ਚਿੱਠੀ ਵੀ ਲਿਖ ਚੁੱਕੇ ਆ ਅੱਜ ਐਗਜ਼ੀਕਟਿਵ ਨੇ ਵੀ ਇਹ ਫੈਸਲਾ ਕੀਤਾ ਕਿ ਇਹ ਫੈਸਲਾ ਤੁਰੰਤ ਵਾਪਸ ਲਿਆ ਜਾਵੇ ਕਿਉਂਕਿ ਇਸ ਫੈਸਲੇ ਦੇ ਨਾਲ ਸਮੁੱਚਾ ਸਿੱਖ ਭਾਈਚਾਰਾ ਜਿਹੜੀਆਂ ਉਹਦੀਆਂ ਫੀਲਿੰਗਸ ਆ ਉਹ ਇੰਜਰ ਹੋਣ ਜਾਣ एसजीपीसी ਦੇ ਇਸ ਖਾਸ ਇਤਰਾਜ਼ ਤੇ ਖਾਲਸ ਟੀਵੀ ਦੀ ਟੀਮ ਨੇ ਕੌਮੀ ਘਟ ਗਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦਾਵਾ ਕੀਤਾ ਕਿ ਆਰਜੀ ਤੌਰ ਤੇ ਇਹ ਬਣਾਇਆ ਗਿਆ ਜਿਸ ਤਰ੍ਹਾਂ ਐਸਜੀपीसी ਦੇ ਚੋਣਾਂ ਤੋਂ ਬਾਅਦ ਅਮ੍ਰਿਤਸਰ ਦਾ ਡੀਸੀ ਇੰਚਾਰਜ ਹੁੰਦਾ ਇਸੇ ਤਰ੍ਹਾਂ ਕਹਿੰਦੇ ਨਵੇਂ ਬੋਰਡ ਦੇ ਗਠਨ ਹੋਣ ਤੱਕ ਆਰਜੀ ਚਾਰਜ ਹੈ ਜਿਹੜਾ ਉਹ ਕਲੈਕਟਰ ਨੂੰ ਦਿੱਤਾ ਗਿਆ ਨਾਲ ਹੀ ਉਹਨਾਂ ਨੇ ਐਸਜੀपीसी ਨੂੰ ਵੀ ਉਲਟਾ ਸਵਾਲ ਕਰ ਦਿੱਤਾ ਕਿ ਜਦੋਂ ਪਾਕਿਸਤਾਨ ਦੇ ਵਿੱਚ ਵਕਫ ਬੋਰਡ ਅਧੀਨ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਲ ਸਕਦੀ ਹੈ ਤਾਂ ਆਰਜੀ ਤੌਰ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੀ ਪ੍ਰਬੰਧਕੀ ਕਮੇ ਚਾਰਜ ਹਸ ਬੀਨ ਗਿਵਨ ਟੂ ਦੀ ਕਮਿਸ਼ਨਰ देयर ਔਰ ਦੀ ਡਿਪਟੀ ਕਮਿਸ਼ਨਰ ਤੇ ਹਾਂਜੀ ਜਦਾਂ ਸਰਕਾਰੀ ਅਧਿਕਾਰੀ ਹੁੰਦਾ ਹੈ ਜੇ ਤਾਂ ਉਹ ਦੇ ਉਹਨੂੰ ਪਰਮਨੈਂਟ ਲਾਤਾ ਜਾਵੇ ਫਿਰ ਤਾਂ ਜ਼ਰੂਰ ਹੈਗੀ ਹੈ ਥਿਸ ਇਜ਼ ਅ ਟੈਂਪਰੇਰੀ ਅਰੇਂਜਮੈਂਟ ਗਿਵਨ ਟੂ ਅ ਬਿਊਰੋਕ੍ਰੇਟ ਹਾਂਜੀ ਬਿਊਰੋਕ੍ਰੇਟਸ ਨੂੰ ਅਸੀਂ ਉਹਦੇ ਚ ਨਹੀਂ ਗਿਰ ਸਕਦੇ ਕਿ ਇਹਨਾਂ ਨੂੰ ਧਰਮ ਦੇ ਦਿਹਾਰ ਤੇ ਸਰਕਾਰੀ ਅਫਸਰ ਜਿਹੜਾ ਹੈ ਉਹ ਸਰਕਾਰ ਦੇ ਦੀਤੀਆਂ ਨੂੰ ਅੱਗੇ ਲੈ ਕੇ ਚੱਲ ਕਰਦਾ ਆਰਜੀ ਦੌਰ ਤੇ ਹਾਂ ਜੇ ਪਰਮਨੈਂਟ ਉਹਨਾਂ ਨੂੰ ਲਾਤਾ ਗਿਆ ਫਿਰ ਇਟ ਮੇ ਬੀ ਅ ਮੈਟਰ ਆਫ ਕੰਸਰਨ ਜਿਹਦੇ ਲਈ ਮੈਂ ਦੇਖ ਕੇ ਗਵਰਨਮੈਂਟ ਨਾਲ ਗੱਲ ਕਰਾਂਗਾ ਪਾਕਿਸਤਾਨ ਦੇ ਵਿੱਚ ਇਹ ਤੇ ਬਿਲਕੁਲ ਉਲਟ ਹੈ ਜਿਹੜੀ ਉੱਥੇ ਤੁਹਾਡੀ ਪਾਕਿਸਤਾਨ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਤਾਂ ਉਹਨਾਂ ਦੀ ਜਿਹੜੀ ਹੈ ਉਕਾ ਬੋਰਡ ਉਧਰ ਥੱਲੇ ਕੰਮ ਕਰਦੀ ਹੈ ਉਹ ਕਾਰਪੋਰੇਟ ਦਾ ਪ੍ਰਧਾਨ ਹੀ ਮੁਸਲਮਾਨ ਹੈ ਹਮੇਸ਼ਾ ਹੀ ਮੁਸਲਮਾਨ ਦਿੰਦਾ ਹੈ ਉਧਰ ਪਿਛਲੇ ਸਮੇਂ ਤੋਂ ਪ੍ਰਬੰਧ ਸਾਮ ਰਹੇ ਮਹਾਰਾਸ਼ਟਰ ਦੇ ਸਾਬਕਾ ਡੀਜੀਪੀ ਪੀਐਸ ਪਸਰੀਚਾ ਨੇ ਕਿਹਾ ਕਿ ਉਹਨਾਂ ਨੇ ਬੋਰਡ ਦੇ ਕਰੋੜਾਂ ਰੁਪਏ ਦੇ ਘਾਟੇ ਨੂੰ ਵਾਅਦੇ ਵਿੱਚ ਤਬਦੀਲ ਕੀਤਾ ਪਹਿਲਾਂ ਤਖਤ ਸਾਹਿਬ ਦੀ ਐਫਡੀ ਤੋੜ ਕੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਦੀ ਨੌਬਤ ਤੱਕ ਆ ਗਈ ਸੀ ਕਹਿੰਦੇ 22 ਕਰੋੜ ਦਾ ਨੁਕਸਾਨ ਹੋ ਚੁੱਕਿਆ ਸੀ ਤੇ ਉਹਨਾਂ ਨੇ 9 ਮਹੀਨਿਆਂ ਦੇ ਅੰਦਰ ਅੰਦਰ ਪ੍ਰਬੰਧਕ ਕਮੇਟੀ ਨੂੰ 27 ਕਰੋੜ ਦੇ ਵਾਅਦੇ ਤੇ ਖੜਾ ਕਰ ਦਿੱਤਾ ਤੇ ਨਾ 13 ਮਹੀਨੇ ਰਿਹਾ ਹੈਗਾ ਜੁਲਾਈ ਤੱਕ ਤਈ ਤੱਕ ਉਦੇ ਜੋ ਜੋ ਮੈਂ ਕਰ ਸਕਿਆ ਜਿੰਨਾ ਮੈਂ ਕਿਉਂਕਿ ਪਹਿਲਾਂ ਬਹੁਤ ਨੁਕਸਾਨ ਹੋ ਚੁੱਕਾ ਸੀ 22 ਕਰੋੜ ਦਾ ਫਾਈਨੈਂਸ਼ੀਅਲ ਲਾਸਸ ਹੋ ਗਿਆ ਸੀ ਐਫ ਡੀ ਰ ਤੋੜ ਤੋੜ ਕੇ ਕਰਮਚਾਰੀਆਂ ਨੂੰ ਪੇ ਦਿੱਤੀ ਜਾ ਰਹੀ ਸੀ ਸੋ ਆਈ ਸਾਰੇ ਸਿਸਟਮ ਸੈੱਟ ਕਰ ਦਿੱਤੇ 9 ਮਹੀਨਿਆਂ ਵਿੱਚ ਜਿਸ ਸਟ੍ਰਾਈਕ ਰੋਡ ਦਾ ਵਾਦਾ ਲਿਆ ਹੈ। ਤਕਸਰੀ ਹਜ਼ੂਰ ਸਾਇ ਪ੍ਰਬੰਧਕ ਕਮੇਟੀ ਦੇ ਸਾਬਕਾ ਮੁਖੀ ਪੀਐਸ ਪਸਰੀਚਾ ਹਾਲਾਂਕਿ ਆਪਣੇ ਵੱਲੋਂ ਕੀਤੇ ਗਏ ਕੰਮਾਂ ਨੂੰ ਜ਼ਰੂਰ ਦੱਸ ਰਹੇ ਨੇ ਪਰ ਇੱਕ ਗੈਰ ਸਿਖਾਈ ਇਸ ਅਫਸਰ ਨੂੰ ਪ੍ਰਬੰਧਕੀ ਜ਼ਿੰਮੇਵਾਰੀ ਸੌਂਪਣ ਤੇ ਕੁਝ ਜ਼ਿਆਦਾ ਨਹੀਂ ਬੋਲੇ ਬਸ ਇਹੀ ਉਮੀਦ ਕਰਦੇ ਨੇ ਕਿ ਛੇਤੀ ਹੀ ਨਵੇਂ ਬੋਰਡ ਦਾ ਗਠਨ ਹੋ ਜਾਊਗਾ। ਤੋਂ ਦੇ ਵਿੱਚ ਰੱਖਿਆ ਹੋਇਆ ਸੀ ਤਿੰਨ ਬੰਦੇ ਤਾਂ ਲੋਕਲ ਜਿਹੜੇ ਸਿੱਖ ਨੇ ਉਹਨਾਂ ਵਿੱਚੋਂ ਇਲੈਕਟ ਹੋਣਗੇ ਬਾਈ ਇਲੈਕਸ਼ਨ ਦੋ ਵਾਰ ਦੇ ਕੋਈ ਗਵਰਨਮੈਂਟ ਨਾਮਿਨੇਟ ਕਰੇਗੀ ਫਿਰ ਇਹ ਕਐਸਜੀਪੀ 'ਚੇ ਕੁਝ ਹੋਣਗੇ ਇੱਕ ਅਦਾ ਕੋਈ ਹైదరాబాద్ ਤੋਂ ਹੋਏਗਾ ਇੱਕ ਬਧਿਆਪਰਦੇਸ਼ ਤੋਂ ਹੋਏਗਾ ਕਿਉਂਕਿ ਉਦੋਂ ਸਾਰਾ ਸੈਂਟਰ ਪ੍ਰਵਿੰਸ ਸੀ ਨਾ ਉਦੋਂ ਉਦੋਂ ਸਟੇਟਾਂ ਨਹੀਂ ਬਣੀਆਂ ਸਨ ਵਾਲੀਆਂ ਤੇ ਉਹਦੇ ਕਰਕੇ ਉਹ ਐਕਟ ਲੈ ਪੁਰਾਣਾ ਹੋਈ ਚੱਲਿਆ ਮੁਖੀ ਖਾਸਾ ਦਿਵਾਨ ਦਾ ਹੋਏਗਾ ਉਹ ਐਜੀ ਚੀਜ਼ਾ ਕਰਕੇ ਟੋਟਲ 17 ਮੈਂਬਰ ਸੀ ਠੀਕ ਹੈ ਜੀ ਤੇ ਜਦੋਂ ਜਦੋਂ ਬੋਰਡ ਬਣਿਆ ਉਹਦੇ ਵਿੱਚ ਕੀ ਹੁੰਦਾ ਕਿ ਪੜੇ ਲਿਖੇ ਲੋਕ ਜਿਹੜੇ ਉੱਨੀ ਆਉਂਦੇ ਕਿਉਂਕਿ ਉਹ ਕੋਈ ਉਹ ਕਾਂਟੈਸਟ ਵਗੈਰਾ ਨਹੀਂ ਕਰਦਾ ਉਹ ਆਪੋ ਸਿਖਿਓ ਪਰ ਉਹ ਕੁਲ ਮਿਲਾ ਕੇ ਪੀਐਸ ਪਸਰੀਚਾ ਆਪਣੇ ਆਪ ਨੂੰ ਸਿਆਸਤ ਤੋਂ ਦੂਰ ਰੱਖਣਾ ਚਾਹੁੰਦੇ ਨੇ ਪਰ ਸਿੱਖ ਪੰਥ ਨਾਲ ਜੁੜੀਆਂ ਵੱਖ-ਵੱਖ ਸਿੱਖ ਸੰਸਥਾਵਾਂ ਇਸ ਮੁੱਦੇ ਨੂੰ ਗੰਭੀਰ ਮੰਨ ਰਹੀਆਂ ਨੇ ਕੇਂਦਰੀ ਸਿੰਘ ਸਭਾ ਦੇ ਬੁਲਾਰੇ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਹਾਲਾਂਕਿ ਗੁਰਬਾਣੀ ਸਰਬ ਸਾਂਝੀ ਵਾਲਤਾ ਦਾ ਸੁਨੇਹਾ ਦਿੰਦੀ ਹੈ ਪਰ ਜਦੋਂ ਗੱਲ ਪ੍ਰਬੰਧਕੀ ਢਾਂਚੇ ਦੀ ਆਉਂਦੀ ਹੈ ਤਾਂ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਕਿ ਗੁਰੂ ਘਰ ਦੀ ਮਰਿਆਦਾ ਇੱਕ ਗੈਰ ਸਿੱਖ ਚਲਾਵੇ। ਸਾੰਧੀ ਕਹੀਏ ਗੁਰੂ ਨਾਮ ਤੇ ਪੰਥ ਦੇ ਉਹ ਮੇਰੇ ਸਾਹਮਣੇ ਸਾਰੀ ਤੁੰਗਿਆ। ਠੀ ਜਦੋਂ ਤੁਸੀਂ ਸਿੱਖ ਸੰਸਥਾਵਾਂ ਦੀ ਗੱਲ ਕਰਦੇ ਹੋ ਸਿੱਖ ਇੰਸਟੀਟਿਊਸ਼ਨ ਦੀ ਗੱਲ ਕਰਦੇ ਹੋ ਉੱਥੇ ਤੁਹਾਨੂੰ ਡੈਫੀਨਿਟਲੀ ਡੈਫੀਨਿਟਲੀ ਜਿਹੜੇ ਸਿੱਖ ਜਿਹੜੀ ਕੰਡੀ ਨੂੰ ਬਿਲੋਂਗ ਕਰਦੇ ਨੇ ਇਨ ਇਨ ਐਟ ਸੈਂਸ ਜਿਹੜੇ ਸਮੂਹ ਸੁਰਤ ਨੇ ਉਹਨਾਂ ਦੀ ਵੀ ਸਿਰ ਉੱਤੇ ਜਿਹਨੂੰ ਕਹਿੰਦੇ ਨੇ ਵੋਟਰਸ ਹੋਣੇ ਚਾਹੀਦੇ ਨੇ ਸਮੂਲੀਅਤ ਉੱਤੇ ਉਹਨਾਂ ਦੀ ਹੀ ਹੋਣੀ ਚਾਹੀਦੀ ਹੈ ਸੋ ਦੇ ਉਹ ਥੋੜਾ ਜਿਹਾ ਡਿਫਰੈਂਸੀਏਸ਼ਨ ਜ਼ਰੂਰ ਰੱਖਣਾ ਪੈਣਾ ਸਾਨੂੰ ਦਰਅਸਲ ਦਿੱਲੀ ਤੋਂ ਬਾਹਰ ਜਿਹੜੇ ਦੋ ਤਖਤ ਸਾਹਿਬ ਨੇ ਉੱਥੇ ਸਿੱਧਾ ਕੰਟਰੋਲ ਸੂਬਾ ਸਰਕਾਰਾਂ ਦਾ ਹੀ ਹੁੰਦਾ ਹੈ ਉਹ ਭਾਵੇਂ ਤਖਤ ਸ੍ਰੀ ਪਟਨਾ ਸਾਹਿਬ ਬਿਹਾਰ ਹੋਵੇ ਜਾਂ ਫਿਰ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਮਹਾਰਾਸ਼ਟਰ ਹੋਵੇ ਤਖਤ ਸ੍ਰੀ ਹਜ਼ੂਰ ਸਾਹਿਬ ਬੋਰਡ ਦਾ ਗਠਨ 1956 ਐਕਟ ਦੇ ਦਿਨ ਹੋਇਆ ਸੀ ਜਿਸ ਦਾ ਨਾਮ ਹੈ ਨੰਦੇੜ ਸਿੱਖ ਗੁਰਦੁਆਰਾ ਸਚਕੰਡ ਸ੍ਰੀ ਹਜ਼ੂਰ ਅਬਜਲ ਨਗਰ ਐਕਟ 1956 ਇਹ ਉਸ ਵੇਲੇ ਹੋਇਆ ਸੀ ਜਦੋਂ ਮਹਾਰਾਸ਼ਟਰ ਸੂਬੇ ਦਾ ਵੀ ਗਠਨ ਨਹੀਂ ਹੋਇਆ ਸੀ ਇਹ ਸਿੱਧਾ ਹైదరాబాద్ ਦੇ ਨਿਜ਼ਾਮ ਅਧੀਨ ਚੱਲਦਾ ਸੀ ਇਹਦੇ ਵਿੱਚ ਮੱਧ ਪ੍ਰਦੇਸ਼ ਤੋਂ ਮੈਂਬਰ ਹੁੰਦੇ ਸੀ ਮੁੰਬਈ ਤੋਂ ਮੈਂਬਰ ਹੁੰਦੇ ਸੀ ਕੁਝ ਮੈਂਬਰ ਐ ਜੀ ਪੀ ਸੀ ਵੀ ਨਾਮਜ਼ਦ ਕਰਦੇ ਸੀ ਇਸ ਤੋਂ ਇਲਾਵਾ ਚੀਫ ਖਾਲਸਾ ਦਿਵਾਨ ਦਾ ਵੀ ਇੱਕ ਮੈਂਬਰ ਹੁੰਦਾ ਸੀ ਸਰਕਾਰ ਵੱਲੋਂ ਵੀ ਮੈਂਬਰ ਨਿਯੁਕਤ ਕੀਤੇ ਜਾਂਦੇ ਸੀ ਕੁੱਲ 17 ਮੈਂਬਰਾਂ ਵਿੱਚੋਂ ਸਿਰਫ 3 ਮੈਂਬਰ ਮੈਂਬਰਾਂ ਦੀ ਚੋਣ ਹੀ ਸਿੱਧੀ ਸੰਗਤ ਵੱਲੋਂ ਹੁੰਦੀ ਸੀ ਬਾਕੀ ਸਾਰੇ ਨਾਮਜ਼ਦ ਕੀਤੇ ਹੁੰਦੇ ਸੀ ਪਰ ਇਸ ਬੋਰਡ ਤੇ ਪੂਰਾ ਪੂਰਾ ਕੰਟਰੋਲ ਸਰਕਾਰ ਦਾ ਹੀ ਹੁੰਦਾ ਸੀ ਉਹੀ ਪ੍ਰਬੰਧਕੀ ਬੋਰਡ ਦੇ ਮੁਖੀ ਨੂੰ ਨਿਯੁਕਤ ਕਰਦੇ ਸੀ ਇਸ ਤਰਾਹੀ ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਢਾਂਚੇ ਵਿੱਚ ਹੁੰਦਾ ਹੈ ਹਾਲਾਂਕਿ ਇਹਦੇ ਵਿੱਚ ਐਸਜੀਪੀਸੀ ਦੇ ਮੈਂਬਰ ਹੁੰਦੇ ਨੇ ਪਰ ਪੂਰਾ ਕੰਟਰੋਲ ਸੂਬਾ ਸਰਕਾਰ ਦਾ ਹੀ ਹੁੰਦਾ ਹੈ ਉਹਦੇ ਵਿੱਚ ਰੱਖਿਆ ਹੋਇਆ ਸੀ ਤਿੰਨ ਬੰਦੇ ਤਾਂ ਲੋਕਲ ਜਿਹੜੇ ਸਿੱਖ ਨੇ ਉਹਨਾਂ ਵਿੱਚੋਂ ਇਲੈਕਟ ਹੋਣਗੇ 2 ਇਲੈਕਸ਼ਨ ਦੋ ਬੰਦੇ ਕੋਈ ਗਵਰਨਮੈਂਟ ਨਾਮਿਨੇਟ ਕਰੇਗੀ ਫਿਰ ਇਹ ਐਸਜੀਪੀਸੀ ਦੇ ਕੁਝ ਹੋਣਗੇ ਇੱਕ ਅਦਾ ਕੋਈ ਹਜ਼ਰਾਬਾਦ ਤੋਂ ਹੋਏਗਾ ਇੱਕ ਬੰਧਿਆਪ੍ਰਦੇਸ਼ ਤੋਂ ਹੋਏਗਾ ਕਿਉਂਕਿ ਉਹਦੋਂ ਸਾਰੇ ਸਲਟ ਪ੍ਰੋਵਿੰਸਿਸ ਇਹਨਾਂ ਉਹ ਉਹ ਸਟੇਟਾਂ ਨਹੀਂ ਬਣੀਆਂ ਸਨ ਵੱਡੀਆਂ ਤੇ ਉਹਦੇ ਕਰਕੇ ਉਹ ਥੱਲੇ ਪੁਰਾਣਾ ਹੋਈ ਚੱਲਿਆ ਉਹ ਖਿਆ ਖਾਸਾ ਦਿਵਾਨ ਦਾ ਹੋਏਗਾ ਉਹ ਇਹ ਚੀਜ਼ਾਂ ਕਰਕੇ ਟੋਟਲ 17 ਮੈਂਬਰਸੀ ਤੇ ਗੱਲ ਸਿਰਫ ਤਖਤ ਜੀ ਹਜ਼ੂਰ ਸਾਹਿਬ ਅਤੇ ਤਖਤ ਜੀ ਪਟਨਾ ਸਾਹਿਬ ਤੇ ਸੂਬਾ ਸਰਕਾਰਾਂ ਦੇ ਕੰਟਰੋਲ ਦੀ ਨਹੀਂ ਹੈ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਕਦੇ ਸੂਬਾ ਸਰਕਾਰ ਗੁਰਦੁਆਰਾ ਸੋਧ ਬਿੱਲ ਰਾਹੀ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਕਦੇ ਸਰਕਾਰ ਘਟ ਕੌਮੀ ਘਟ ਗਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਜ਼ਰੀਏ ਐਸਜੀਪੀਸੀ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਅੰਦਾਜ਼ੀ ਕਰਦੀ ਹੈ ਤਾਂ ਮੇਨੇ ਕਹਾ ਕਿ ਐਸਜੀਪੀਸੀ ਇੱਕ ਆਜ਼ਾਦ ਸੰਸਥਾ ਹੈ ਆਖਿਰ ਕਿਵੇਂ ਘਟ ਗਣਤੀ ਕਮਿਸ਼ਨ ਦੇ ਚੇਅਰਮੈਨ ਕਿਸੇ ਵੀ ਸ਼ਖਸ ਦੇ ਵੱਲੋਂ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਤੇ ਸੂਬਾ ਸਰਕਾਰ ਦੇ ਜ਼ਰੀਏ ਐਸਜੀਪੀਸੀ ਦੀ ਜਾਂਚ ਦੇ ਨਿਰਦੇਸ਼ ਦੇ ਸਕਦੇ ਨੇ ਇਹ ਤੇ ਐਸਜੀਪੀਸੀ ਨੂੰ ਕਾਫੀ ਤਕਲੀਫ ਹੋਈ ਹੈ ਅੱਜ ਸੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਸਕੈਂਡਲ ਤੇ ਵੱਖ-ਵੱਖ ਗੱਲਾਂ ਦੇ ਵਿੱਚ ਸਿੱਧੀ ਦਖਲਦਾਰ ਜੀ ਖਾਸ ਕਰਕੇ ਮੈਂ ਲਾਲਪੁਰਾ ਸਾਹਿਬ ਨੂੰ ਕਹਿਣਾ ਚਾਹਣਾ ਕਿ ਤੁਸੀਂ ਨਮਾਇੰਦੇ ਆ ਤੇ ਖਾਸ ਕਰਕੇ ਪੰਜਾਬ ਦੇ ਫਿਰ ਅੰਮ੍ਰਿਤਧਾਰੀ ਹੋਣ ਦੇ ਨਾਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਾਥਿਆ ਸਾਡੇ ਸਰਵਸ ਰੂਲ ਆ ਸਾਡੇ ਬਾਈ ਲਾਜ ਆ ਜੇ ਕੋਈ ਬੰਦਾ ਅਵਗਿਆ ਕਰਦਾ ਆ ਜੁਡੀਸ਼ੀਅਲ ਕਮਿਸ਼ਨ ਚ ਜਾ ਸਕਦਾ ਜੇ ਸਾਡੇ ਕੋਈ EMPLOYEE ਠਗੀ ਠੋਰੀ ਕਰਦੇ ਕੁਝ ਕੋ ਹੋਰ ਉਹਨਾਂ ਦੇ ਜ਼ੰਗੀਨ ਦੋਸ਼ ਲੱਗਦੇ ਆ ਤੇ ਖਾਸ ਕਰਕੇ ਮੈਂ ਸਾਰੇ ਪ੍ਰਧਾਨ ਸਾਰੇ ਸਮੇਂ ਸਮੇਂ ਸਿਰ ਫੈਸਲੇ ਠੀਕ ਲੈਂਦੇ ਰਹੇ ਪਰ ਮੈਂ ਬਹਿਦੇ ਨਾ ਕਹਿੰਦਾ ਕਿ ਪੜਤਾਲਾਂ ਸਾਡੀਆਂ ਕਢਵਾ ਲਏ ਉਹ ਮੈਂ ਕਦੇ ਵੀ ਇਹ ਸਾਰੀ ਜਿਹੜੀ ਟੀਮ ਸਾਡੀ ਉਹ ਪਰਤਾਲਾਂ ਕਰਦੀ ਆ ਉਹਨਾਂ ਨੇ ਕਦੇ ਵੀ ਢਿੱਲ ਨਹੀਂ ਕੀਤੀ ਕਿ ਜਿਹੜੇ ਕੋ ਦੋਰਾ ਚਾਰੀ ਹੋਣ ਕੋਈ ਠਗੀਆਂ ਵਾਲੇ ਹੋਣ ਉਹ ਬਹਤਾਤ ਨੂੰ ਸਜ਼ਾ ਦਿੱਤੀ ਗਈ ਆ ਫਿਰ ਇਹਦਾ ਪ੍ਰੋਸੀਜਰ ਕੀ ਆ ਕਿ ਸਾਡੀ ਪ੍ਰੀਲਿਮਰੀ ਇਨਕੁਆਰੀ ਹੁੰਦੀ ਆ ਉਹ ਪ੍ਰੀਲਿਮਰੀ ਇਨਕੁਆਰੀ ਦੇ ਵਿੱਚ ਜੇ ਕੋ ਦੋਸ਼ੀ ਪਾਇਆ ਜਾਂਦਾ ਉਹ ਪਰਤਾਲ ਮੇਰੇ ਕੋ ਆਉਂਦੀ ਆ ਮੈਂ ਉੱਤੇ ਤੁਰੰਤ ਐਕਸ਼ਨ ਲੈਣਾ ਚਾਹੇ ਉਹ ਮੈਂ ਸਸਪੈਂਡ ਕਰਾਂ ਚਾਹੇ ਮੈਨੂੰ ਹੋਰ ਕੋਈ ਕਾਰਵਾਈ ਕਰਾਂ ਸਸਪੈਂਸ਼ਨ ਤੋਂ ਬਾਅਦ ਫਿਰ ਉਹਨੂੰ ਚਾਰਜ ਸ਼ੀਟ ਦਿੱਤੀ ਜਾਂਦੀ ਆ ਤੇ ਦੂਜੇ ਪਾਸੇ SGPC ਦੇ ਇਲਜ਼ਾਮਾਂ ਤੇ ਇਕਬਾਲ ਸਿੰਘ ਲਾਲਪੁਰਾ ਵੀ ਬੋਲੇ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਲਾਲਪੁਰਾ ਨੇ ਕਿਹਾ ਕਿ SGPC ਕੇਂਦਰ ਦੇ ਐਕਟ ਅਧੀਨ ਹੈ ਉਸਦੇ ਬਜਟ ਦਾ ਆਡਿਟ ਹੁੰਦਾ ਫਿਰ ਉਹ ਕਿਵੇਂ ਆਪਣੇ ਆਪ ਨੂੰ ਜਵਾਬਦੇਹੀ ਤੋਂ ਬਾਹਰ ਰੱਖ ਸਕਦੀ ਹੈ ਉਹਨਾਂ ਕਿਹਾ ਕਿ ਅਸੀਂ ਸੂਬਾ ਸਰਕਾਰ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਨੇ ਕਿ ਜਿਹੜੀ ਸਾਡੇ ਕੋਲ ਸ਼ਿਕਾਇਤ ਪਹੁੰਚੀ ਹੈ ਪਿਛਲੇ ਦਿਨੀ SGPC ਦੇ ਵਿੱਚ ਘਟਾਲਿਆਂ ਨੂੰ ਲੈ ਕੇ SGPC ਦੇ ਹੀ ਮੈਂਬਰਾਂ ਨੇ ਦਿੱਤੀ ਹੈ ਉਹਦੀ ਜਾਂਚ ਤੇ ਨਿਰਦੇਸ਼ ਦਿੱਤੇ ਨੇ ਤੇ ਸੂਬਾ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਤੇ ਇਹ ਕੋਈ ਨਹੀਂ ਸਕਦਾ ਕਿ ਮਾਨ ਸਰਕਾਰ ਐਸਜੀਪੀਸ ਦੇ ਖਿਲਾਫ ਕੋਈ ਸ਼ਿਕਾਇਤ ਮਿਲੇ ਤੇ ਉਹਦੀ ਜਾਂਚ ਨਾ ਕਰੇ ਜਦਕੇ ਕੇਂਦਰੀ ਸਿੰਘ ਸਭਾ ਦੇ ਬੁਲਾਰੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਲਾਲਪੁਰਾ ਵਾਕਈ ਭ੍ਰਿਸ਼ਟਾਚਾਰ ਨੂੰ ਲੈ ਕੇ ਸੰਜੀਦਾ ਨੇ ਤਾਂ ਉਹਨਾਂ ਨੂੰ ਇਸ ਮੁੱਦੇ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਡੀਐਸਜੀਐਮਸੀ ਦੇ ਵਿੱਚ ਵੀ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਸਾਹਮਣੇ ਆਏ ਨੇ ਫਿਰ ਉਹਨਾਂ ਦੀ ਵੀ ਜਾਂਚ ਕਰਵਾਉਣ ਦਿੱਲੀ ਕਮੇਟੀ ਕਹਿੰਦੇ ਕਿਉਂਕਿ ਉਹਨਾਂ ਦੇ ਬਹੁਤ ਨੇੜੇ ਹੈ ਇਸ ਕਰਕੇ ਉਹ ਸ਼ਾਇਦ ਅਜਿਹਾ ਨਾ ਹੀ ਕਰਨ ਸਰਕਾਰ ਦਾ ਦਖਲੰਦਾ ਸੀ ਕਰਨ ਦਾ ਮਕਸਦ ਨਹੀਂ ਇੱਕ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਬਣਿਆ ਉਹਦੇ ਵਿੱਚ ਸਰ ਬਲਦੇਵ ਸਿੰਘ ਸਰਸਾ ਨੇ ਐਪਲੀਕੇਸ਼ਨ ਦਿੱਤੀ ਸੀ ਕਿਸੇ ਦੇ ਖਿਲਾਫ ਕ腐ਸ਼ਨ ਕਰਨ ਦੀ ਮੈਂ ਇਹ ਵੀ ਪੜ ਰਹਿਣਾ ਸੀ ਕਿ ਕਿ ਵੀ ਪੀਐਸਜੀਐਮਸੀ ਬਿਕੋਜ਼ ਉਹ ਲਾਲਪੁਰੇ ਦਾ ਨਾਲ ਸੰਬੰਧਤ ਹੈ ਉਹ ਭਾਜੀਪੀ ਦੇ ਨਾਲ ਹੁਣ ਉਹਨਾਂ ਦਾ ਘੱਟਬੱਠ ਦਾ ਜੋੜ ਗਿਆ ਹੈਗਾ ਹੁਣ ਪੀਐਸਜੀਐਮਸੀ ਦੇ ਵਿੱਚ ਵੀ ਕ腐ਸ਼ਨ ਚਾਰਜ ਲੱਗੇ ਹੋਏ ਨੇ ਭਾਵੇਂ ਉਹ ਸਰਸਾ ਦੇ ਅਗੇਂਸਟ ਹੋਣ ਭਾਵੇਂ ਦੂਜਿਆਂ ਦੇ ਅਗੇਂਸਟ ਹੋਣ ਠੀਕ ਹੈ ਨਾ ਉੱਥੇ ਤੇ ਉਹਨੇ ਕੋਈ ਗੱਲ ਨਹੀਂ ਕੀਤੀ ਸੋ ਇਹ ਸਿਰਫ ਪੋਲਿਟਿਕਸ ਹੈ ਇਹ ਪੋਲਿਟਿਕਸ ਤੋਂ ਐਕਚੁਅਲੀ ਜੇ ਤੁਸੀਂ ਮਾਇਨੋਰੀਟੀ ਕਮੇਟੀ ਦੇ ਚੇਅਰਮੈਨ ਹੋ ਜਾਂ ਤੇ ਤੁਸੀਂ ਪਹਿਲੀ ਗੱਲ ਤੇ ਸਾਡਾ ਮੰਡਟ ਕੀ ਹੈ ਆਇਆ ਕਿ ਤੁਸੀਂ ਇਹਦੇ ਵਿੱਚ ਧੱਖਣਦਾਜ਼ੀ ਦੇ ਸਕਦੇ ਹੋ ਕਿ ਨਹੀਂ ਦੇ ਸਕਦੇ ਤੇ ਜੇ ਦੇਣੀ ਹੈ ਤੇ ਤੁਸੀਂ ਨਿਰਪੱਖ ਹੋ ਕੇ ਰਹੋ ਨਾ ਫਿਰ ਤੁਸੀਂ ਇੱਕ ਪੱਖਪਾਤ ਨਾਲ ਨਾ ਕਰੋ ਕਿ ਜੀ ਇੱਕ 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 ਸੰਸਦਾਂ ਨੂੰ ਅਸੀਂ ਕਵਾਂਗੇ ਦੂਜੇ ਨੂੰ ਨਹੀਂ ਕਵਾਂਗੇ ਕਿਉਂਕਿ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਇਹ ਸਿਰਫ ਪੋਲਿਟਿਕਸ ਦੇ ਵਿੱਚ ਫਿਰ ਰਹਿ ਕੇ ਤੇ ਰਹਿ ਜਾਂਦੀਆਂ ਹਨ ਤੇ ਇੱਥੇ ਵੱਡਾ ਸਵਾਲ ਇਹ ਵੀ ਉੱਠਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਵਾਰੀ-ਵਾਰੀ ਪਟਨਾ ਸਾਹਿਬ ਅਤੇ ਤਕਸਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਦਾ ਇਲਜ਼ਾਮ ਲਾਉਂਦੇ ਰਹਿੰਦੇ ਨੇ ਹੁਣ 올 ਇੰਡੀਆ ਗੁਰਦੁਆਰਾ ਐਕਟ ਦੀ ਮੰਗ ਤੇ ਅਕਾਲੀ ਦਲ ਆਖਿਰਕਾਰ ਚੁੱਪ ਕਿਉਂ ਹੈ ਇਹ ਸਵਾਲ ਤਾਂ ਉੱਠੂ ਗਈ 1925 ਦਾ ਗੁਰਦੁਆਰਾ ਐਕਟ ਸਿਰਫ ਮਹਾਪੰਜਾਬ ਲਈ ਤਿਆਰ ਕੀਤਾ ਗਿਆ ਸੀ ਪੰਜਾਬ ਤੋਂ ਬਾਹਰਲੇ ਗੁਰਦਤਾਂ ਮੰਨੂ ਦੇ ਵਿੱਚ ਸ਼ਾਮਿਲ ਹੀ ਨਹੀਂ ਕੀਤਾ ਗਿਆ ਸੀ 1960 ਵਿੱਚ ਜਦੋਂ 올 ਇੰਡੀਆ ਐਕਟ ਦੀ ਲੋੜ ਮਹਿਸੂਸ ਹੋਈ ਤਾਂ ਦੋ ਪਾਰਲੀਮੈਂਟ ਅੰਬਰਾ ਨੇ ਪ੍ਰਾਈਵੇਟ ਬਿੱਲ ਪੇਸ਼ ਕੀਤਾ ਸੀ ਅਕਾਲੀ ਦਲ ਨੇ ਦੀ ਹਮਾਇਤ ਵੀ ਕੀਤੀ ਸੀ 77 ਦੇ ਵਿੱਚ ਜਨਤਾ ਪਾਰਟੀ ਦੀ ਸਰਕਾਰ ਵੇਲੇ ਜਦੋਂ ਪਾਰਲੀਮੈਂਟ ਇਸ ਨੂੰ ਲਾਗੂ ਪਾਰਲੀਮੈਂਟ ਦੇ ਵਿੱਚ ਇਸ ਨੂੰ ਲਾਗੂ ਕਰਨ ਦਾ ਸਮਾਂ ਆਇਆ ਤਾਂ ਸਰਕਾਰ ਹੀ ਡਿੱਗ ਗਈ ਉਸ ਤੋਂ ਬਾਅਦ ਅਕਾਲੀ ਦਲ ਲਗਾਤਾਰ 1999 ਤੱਕ ਹਰ ਮੰਚ ਤੇ 올 ਇੰਡੀਆ ਗੁਰਦੁਆਰਾ ਐਕਟ ਦੀ ਮੰਗ ਕਰਦਾ ਰਿਹਾ। ਰਾਜੀਵ ਲੌਂਗੋਵਾਲ ਸਮਝੌਤੇ ਵਿੱਚ ਵੀ 올 ਇੰਡੀਆ ਗੁਰਦੁਆਰਾ ਐਕਟ ਨੂੰ ਲਾਗੂ ਕਰਨਾ ਸਮਝੌਤੇ ਦਾ ਅਹਿਮ ਹਿੱਸਾ ਸੀ। ਪਰ 1999 ਤੋਂ ਬਾਅਦ ਅਕਾਲੀ ਦਲ ਪਾਰਟੀ ਆਖਿਰਕਾਰ ਇਸ ਮੰਗ ਨੂੰ ਲੈ ਕੇ ਖਾਮੋਸ਼ ਕਿਉਂ ਹੋ ਗਈ? ਇੰਨੀ ਲੰਬੀ ਖਾਮੋਸ਼ੀ ਕਿ 23-24 ਸਾਲਾਂ ਤੱਕ ਵੀ ਇਹ ਆਵਾਜ਼ ਹੈ ਜਿਹੜੀ ਮੁਰਤੋਂ ਨਹੀਂ ਉੱਠੀ। ਜਦਕਿ ਅਕਾਲੀ ਦਲ 1999 ਤੋਂ ਲੈ ਕੇ 2020 ਤੱਕ ਕੇਂਦਰ ਦੇ ਵਿੱਚ ਬੀਜੇਪੀ ਦੇ ਨਾਲ ਗੱਠਜੋੜ ਦੇ ਵਿੱਚ ਤਿੰਨ ਵਾਰੀ ਸਰਕਾਰ ਦੇ ਵਿੱਚ ਰਹੀ ਪਰ ਇੱਕ ਵਾਰ ਵੀ ਇਹ ਮੁੱਦਾ ਨਹੀਂ ਚੁੱਕਿਆ ਇਸੇ ਦੌਰਾਨ ਐਜਪੀਸੀ ਨੇ ਸਹਿਜਤਾਈ ਵਰਗੇ ਵੱਡੇ ਮੁੱਦੇ ਤੇ ਬੀਜੇਪੀ ਦੇ ذریعے ਸੋਧ ਕਰਵਾਈ ਸਿੱਖ ਵਿਦਵਾਨ ਵੀ ਐਜਪੀਸੀ ਤੇ ਅਕਾਲੀ ਦਲ ਦੀ ਇਸ ਖਾਮੋਸ਼ੀ ਤੇ ਸਵਾਲ ਚੁੱਕਦੇ ਨੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਵੀ ਅਕਾਲੀ ਦਲ ਨੂੰ ਇਸ ਮੁੱਦੇ ਤੇ ਘੇਰਿਆ ਹੈ ਕਿ ਜਦੋਂ ਸਾਰਿਆਂ ਨੂੰ ਦਿਸਦਾ ਕਿ ਆਲ ਇੰਡੀਆ ਗੁਰਦੁਆਰਾ ਐਕਟ ਹੈ ਜਿਹੜਾ ਉਹ ਇਸ ਸਾਰੀ ਸਮੱਸਿਆ ਦਾ ਹੱਲ ਹੈ ਉਹ ਸਰਕਾਰਾਂ ਦੇ ਦਖਲਅੰਦਾਜ਼ੀ ਨੂੰ ਘਟਾਊਗਾ ਤਾਂ ਅਕਾਲੀ ਦਲ ਨੇ ਇਹਦੀ ਮੰਗ ਕਰਨੀ ਬੰਦ ਕਿਉਂ ਕਰ ਦਿੱਤੀ ਮੇਰਾ ਦੀ ਹੈ ਆਲ ਇੰਡੀਆ ਗੁਰਦੁਆਰਾ ਐਕਟ ਦਾ ਮੁੱਦਾ ਜਿਹੜਾ ਹੈ ਉਹ ਅਕਾਲੀ ਦਲ 1956 ਤੋਂ ਲੈ ਕੇ 1999 ਤੱਕ ਚੁੱਕਦਾ ਰਿਹਾ ਹੈ ਔਰ ਇਹ ਰਜੀਵ ਲੌਂਗਵਾਲ ਅਕੋਰਡ ਦੀ ਇੱਕ ਮੱਦ ਹੈ ਕਿ देयर विल बी 올 ਇੰਡੀਆ ਗੁਰਦੁਆਰਾ ਐਟ ਮੈਂ ਸਮਝਦਾ ਕਿ ਸਾਰੇ ਗੁਰਦੁਆਰੇ ਜਿਹੜੇ ਸਾਡੇ ਬਜ਼ੁਰਗਾਂ ਨੇ ਜਿਹੜੀ ਗੱਲ ਕੀਤੀ ਸੀ ਉਹਦੇ ਪਿੱਛੇ ਕੁਛ ਨਾ ਕੁਛ ਉਹਨਾਂ ਦੀ ਮਨਛਾ ਹੋਏਗੀ ਉਦੋਂ ਸਾਰਿਆਂ ਨੂੰ ਸਨਮਾਨ ਕਰਨਾ ਚਾਹੀਦਾ ਹੈ ਔਰ ਉਹ 올 ਇੰਡੀਆ ਗੁਰਦੁਆਰਾ ਐਕਟ ਇਜ਼ ਨਾਟ ਅ ਬਾਈ ਕਨਸੈਪਟ ਔਰ ਦੀ ਕਨਸੈਪਟ ਆਫ ਦੀ ਗਵਰਨਮੈਂਟ ਆਫ ਇੰਡੀਆ ਇਟ ਵਾਸ ਦੀ ਡਿਮਾਂਡ ਆਫ ਦੀ ਐਸਪੀਸੀ ਇਟ ਵਾਸ ਦੀ ਡਿਮਾਂਡ ਆਫ ਦੀ ਅਕਾਲੀ ਦਲ ਫਰਜੀ ਇਟ ਵਾਸ ਅ ਪਾਰਟ ਆਫ ਐਗਰੀਮੈਂਟ ਬੀਟਵੀਨ ਸੰਧਰ ਚੰਦ ਸਿੰਘ ਲੰਗੋਵਾਲ ਐਂਡ ਰਜੀਵ ਗਾਂ ਫੇਵਰ ਮੇਰਾ ਇੱਕ ਵਿਅਕਤੀ ਦੀ ਫੇਵਰ ਨਾ ਫੇਵਰ ਐਜ਼ ਅ ਸਿੱਖ ਅਸੀਂ ਸਭ ਨੂੰ ਵੀ ਸਾਰੇ ਸਿੱਖਾਂ ਗੁਰਦੁਆਰਿਆਂ ਤੇ ਇੱਕੋ ਜਿਹਾ ਦਾ ਹੋਣੀ ਚਾਹੀਦੀ ਉਧਰ ਕੇਂਦਰੀ ਸਿੰਘ ਸਭਾ ਦੇ ਵੱਲੋਂ 올 ਇੰਡੀਆ ਗੁਰਦੁਆਰਾ ਐਕਟ ਨੂੰ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਕੇਂਦਰੀ ਸਿੰਘ ਸਭਾ ਦੇ ਬੁਲਾਰੇ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਹ ਇੱਕ ਤਰ੍ਹਾਂ ਭਾਰਤੀ ਸਿੱਖਾਂ ਦੇ ਸਰਬੱਤ ਖਾਲਸਾ ਵਾਂਗੂ ਹੋਵੇਗਾ ਜਿਸ ਦੀ ਅੱਜ ਦੇ ਦੌਰ ਚ ਲੋੜ ਹੈ ਪੰਜਾਬ ਤੋਂ ਬਾਹਰਲੇ ਤਖਤਾਂ ਤੇ ਸਰਕਾਰ ਦਾ ਕੰਟਰੋਲ ਖਤਮ ਹੋਵੇਗਾ ਤੇ ਇੱਕ ਮਰਿਆਦਾ ਦੇ ਲਈ ਵੀ ਇਸ ਨੂੰ ਲਾਗੂ ਕਰਨਾ ਜ਼ਰੂਰੀ ਹੈ ਤੇ ਅਗਰ ਇੱਕ ਇਹੋ ਜਿਹਾ ਰੋਲ ਪਲੇ ਕਰਦਾ ਹੈ ਜਿੱਥੇ ਸਮੁੱਚੇ ਸਿੱਖ ਜਗਤ ਨੂੰ ਅਟਲੀਸ ਉਹ ਭਾਰਤ ਦੇ ਵਿੱਚ ਹੈਗੇ ਉਹਨਾਂ ਨੂੰ ਇਕੱਠਾ ਕਰਨ ਦਾ ਕੰਮ ਕਰਦਾ ਹੈ ਤੇ ਮੇਰੇ ਹਿਸਾਬ ਨਾਲ ਇਹ ਦੇ ਵਿੱਚ ਕੋਈ ਮਾੜਾ ਕੰਮ ਨਹੀਂ ਹੈ ਇਹ ਬੜਾ ਵਧੀਆ ਕਦਮ ਹੋਏਗਾ ਕਿਉਂਕਿ ਫਿਰ ਸਮੁੱਤਾ ਜਿਹੜਾ ਸਿੱਖਗਤ ਹੈ ਉਹ ਇਕੱਠੇ ਬੈਠ ਕੇ ਤੇ ਏਟਲੀਸਟ ਜਿਹੜੇ ਭਾਰਤੀ ਸਿੱਖ ਨੇ ਉਹ ਆਪਣੀਆਂ ਜਿਹੜੀਆਂ ਸਮੱਸਿਆਵਾਂ ਨੇ ਆਪਣੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਭਾਵੇਂ ਤੁਸੀਂ ਮਰਿਆਦਾ ਦੀ ਗੱਲ ਕਰ ਰਹੇ ਹੋ ਭਾਵੇਂ ਹੋਰ ਵੀ ਦੇਖੀਆਂ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਨੇ ਉਹਨਾਂ ਦੇ ਉੱਤੇ ਇਟ ਕੁੱਡ ਐਕਟ ਲਾਈਕ ਕਿ ਸਰਬਤ ਖਾਲਸਾ ਇਨ दैट ਸੈਂਸ ਸਰਬਤ ਖਾਲਸੇ ਦੇ ਬਿਗੈਰ ਮੇਰੇ ਖਿਆਲ ਮੈਂ ਹੋਰ ਕੋਈ ਚਾਰਾ ਨਹੀਂ ਸਿੱਖ ਕੌਮ ਨੂੰ ਜਿੰਨਾ ਚਿਰ ਤੇ ਅਸੀਂ ਸਰਬਤ ਖਾਲਸੇ ਨੂੰ ਅਸੀਂ ਫਿਰ ਤੋਂ ਉਜਾਗਰ ਕਰੀਏ ਅਸੀਂ ਫਿਰ ਤੋਂ ਉਹਨੂੰ ਹੋਂਦ ਵਿੱਚ ਲਿਆਈਏ ਉਹਨਾਂ ਹੀ ਚੰਗਾ ਰਹੇਗਾ ਆਪਣੇ ਸਿੱਖ ਕੌਮ ਦਾ ਤੇ ਪਰ ਇੱਥੇ ਸਵਾਲ ਇਹ ਉੱਠਦਾ ਹੈ ਕਿ ਕੀ ਵਾਕਈ 올 ਇੰਡੀਆ ਗੁਰਦੁਆਰਾ ਐਕਟ ਬਣ ਤੋਂ ਬਾਅਦ ਸਭ ਕੁਝ ਠੀਕ ਹੋ ਜਾਊਗਾ ਸਰਕਾਰਾਂ ਦਾ ਦਖਲ ਖਤਮ ਹੋ ਜਾਊਗਾ ਸਿੱਖਾਂ ਨੂੰ ਆਪਣੇ ਫੈਸਲੇ ਕਰਨ ਦੀ ਆਜ਼ਾਦੀ ਮਿਲ ਜਾਊਗੀ ਇਹ ਵੱਡਾ ਸਵਾਲ ਹੈ ਐਸਜੀਪੀਸੀ ਦਾ 1925 ਐਕਟ ਹੁਣ ਵੀ ਕੇਂਦਰ ਦੇ ਅਧੀਨ ਹੈ 5 ਸਾਲਾਂ ਬਾਅਦ ਸ਼੍ਰੋਮਣੀ ਕਮੇਟੀ ਦਾ ਜਨਰਲ ਚੋਣਾ ਹੁੰਦੀਆਂ ਨੇ ਪਰ 12 ਸਾਲ ਬੀਤ ਗਏ ਆਮ ਤੌਰ ਤੇ ਆਪਾਂ ਸੁਣਦੇ ਆ ਕਿ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ ਇੱਥੇ ਐਸਜੀਪੀਸੀ ਦੀ ਨਹੀਂ ਸੁਣੀ ਜਾ ਰਹੀ ਸਾਰੇ ਕਲੈਕਟਿਵਲੀ ਸਿੱਖਾਂ ਦੀ ਨਹੀਂ ਸੁਣੀ ਜਾ ਰਹੀ 12 ਸਾਲ ਬੀਜਾਂ ਦੇ باوجود ਵੀ ਹੁਣ ਤੱਕ ਚੋਣਾਂ ਨਹੀਂ ਹੋਈਆਂ ਪਹਿਲਾਂ ਅਕਾਲੀ ਦਲ ਬੀਜੇਪੀ ਨਾਲ ਕੇਂਦਰ ਵਿੱਚ ਭਾਈਵਾਲ ਸੀ ਇਸ ਲਈ ਚੋਣ ਨੂੰ ਲਟਕਾਇਆ ਗਿਆ ਹੁਣ ਬੀਜੇਪੀ ਸਹੀ ਮੌਕੇ ਦਾ ਇੰਤਜ਼ਾਰ ਕਰ ਰਹੀ ਹੈ ਜੇ 올 ਇੰਡੀਆ ਗੁਰਦੁਆਰਾ ਐਕਟ ਵੀ ਬਣੇਗਾ ਤਾਂ ਉਹ ਵੀ ਤਾਂ ਕੇਂਦਰ ਸਰਕਾਰੀ ਬਣਾਉਗੀ ਕੀ ਉਹ ਐਕਟ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾਊਗਾ ਕੀ ਉਸ ਐਕਟ ਤੇ ਪੰਜਾਬ ਤੋਂ ਬਾਹਰ ਦੀਆਂ ਪ੍ਰਬੰਧਕ ਕਮੇਟੀਆਂ ਹਾਮੀ ਭਰਨਗੀਆਂ ਕਿਉਂਕਿ 4 ਦਹਾਕਿਆਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਹਰ ਨਿਕਲਾਈ ਹੈ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਹਰਿਆਣਾ ਕਮੇਟੀ ਜਿਹੜੀ ਉਹ ਵੱਖ ਹੋ ਗਈ ਹੈ ਐਸਜੀਪੀਸੀ ਦਾ ਹਿੱਸਾ ਨਹੀਂ ਰਹਿ ਸਕੀ ਤਾਂ ਦੇਸ਼ ਦੀਆਂ ਹੋਰ ਪ੍ਰਬੰਧਕ ਕਮੇਟੀਆਂ ਕਿਵੇਂ 올 ਇੰਡੀਆ ਗੁਰਦੁਆਰਾ ਐਕਟ ਦੇ ਅਧੀਨ ਆਉਣਗੀਆਂ ਕੀ ਇਸੇ ਵਜ੍ਹਾ ਕਰਕੇ ਹੀ ਤਾਂ ਅਕਾਲੀ ਦਲ ਤੇ ਐਸਜੀਪੀਸੀ ਹੁਣ ਆਲ ਇੰਡੀਆ ਗੁਰਦੁਆਰਾ ਐਕਟ ਦੀ ਮੰਗ ਤੇ ਚੁੱਪ ਤਾਂ ਨਹੀਂ ਹੈ ਕਿ ਆਲ ਇੰਡੀਆ ਗੁਰਦੁਆਰਾ ਐਕਟ ਦੇ ਬਣ ਨਾਲ ਅਕਾਲੀ ਦਲ ਦੀ ਹੋਂਦ ਖਤਰੇ ਵਿੱਚ ਤਾਂ ਨਹੀਂ ਆ ਜਾਊਗੀ ਕਿਉਂਕਿ ਜੇ ਆਲ ਇੰਡੀਆ ਗੁਰਦੁਆਰਾ ਐਕਟ ਬਣਦਾ ਹੈ ਤਾਂ ਹਰ ਇੱਕ ਸੂਬੇ ਦੇ ਵਿੱਚੋਂ ਮੈਂਬਰਾਂ ਨੂੰ ਨੁਮਾਇੰਦਗੀ ਮਿਲੇਗੀ ਇਹਦੇ ਨਾਲ ਅਕਾਲੀ ਦਲ ਦਾ ਦਬਦਬਾ ਘੱਟ ਹੋਵੇਗਾ ਕਿ ਕਿਦਰੇ ਤੱਕ ਸ੍ਰੀ ਪਟਨਾ ਸਾਹਿਬ ਜਾਂ ਤੱਕ ਸ੍ਰੀ ਹਜ਼ੂਰ ਸਾਹਿਬ ਵਾਂਗੂ ਸਰਕਾਰ ਨਵੇਂ ਆਲ ਇੰਡੀਆ ਗੁਰਦੁਆਰਾ ਐਕਟ ਦੇ ਜ਼ਰੀਏ ਪ੍ਰਧਾਨਾਂ ਤੇ ਅਹੁਦੇਦਾਰਾਂ ਦੀ ਨਿਯੁਕਤੀ ਨੂੰ ਵੀ ਆਪਣੇ ਅਧੀਨ ਆ ਕਰ ਲੇ ਸਿੱਖ ਵਿਦਵਾਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਜਿਸ ਮਕਸਦ ਨਾਲ ਹੋਂਦ ਵਿੱਚ ਆਏ ਸੀ ਉਸ ਤੋਂ ਇਹ ਪਟਕ ਗਈਆਂ ਨੇ ਐਸਜੀਪੀਸੀ ਦਾ ਮਕਸਦ ਸੀ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਮਜ਼ਬੂਤ ਕਰਨਾ ਤੇ ਅਕਾਲੀ ਦਲ ਦੀ ਜ਼ਿੰਮੇਵਾਰੀ ਸੀ ਸਿੱਖਾਂ ਦੀ ਸਿਆਸੀ ਆਵਾਜ਼ ਨੂੰ ਬੁਲੰਦ ਕਰਨਾ ਪਰ ਇੱਥੇ ਬਿਲਕੁਲ ਉਲਟ ਹੋ ਗਿਆ ਧਰਮ ਨੂੰ ਸਿਆਸਤ ਤੇ ਹਾਵੀ ਰਹਿਣਾ ਚਾਹੀਦਾ ਸੀ ਜੋ ਗੁਰੂ ਸਾਹਿਬਾਨ ਦਾ ਆਦੇਸ਼ ਹੈ ਪਰ ਇੱਥੇ ਤਾਂ ਸਿਆਸਤ ਹੀ ਧਰਮ ਤੇ ਹਾਵੀ ਨਜ਼ਰ ਆਉਂਦੀ ਹੈ ਧਾਰਮਿਕ ਫੈਸਲੇ ਸਿਆਸਤ ਅਧੀਨ ਹੋਣ ਲੱਗੇ ਨੇ ਜਥੇਦਾਰਾਂ ਦੀ ਨਿਯੁਕਤੀ ਤੋਂ ਲੈ ਕੇ ਸਿਰੋਪਾਉ ਦੇਣ ਤੱਕ ਦੇ ਫੈਸਲੇ ਸਿਆਸੀ ਪੱਧਰ ਤੇ ਲਏ ਜਾਣ ਲੱਗੇ ਨੇ ਸਿੱਖ ਲੀਡਰ ਮਾਸਟਰ ਤਾਰਾ ਸਿੰਘ ਤੇ ਬਾਬਾ ਖੜਕ ਸਿੰਘ ਦੀ ਵੀ ਸਿਆਸੀ ਸੋਚ ਤਾਂ ਵੱਖਰੀ-ਵੱਖਰੀ ਸੀ ਪਰ ਜਦੋਂ ਪੰਥ ਦੇ ਮਸਲੇ ਆਉਂਦੇ ਸੀ ਤਾਂ ਦੋਵੇਂ ਲੀਡਰ ਇੱਕ ਹੋ ਜਾਂਦੇ ਸੀ ਮੌਜੂਦਾ ਦੌਰ ਦੇ ਵਿੱਚ ਅਜਿਹਾ ਨਹੀਂ ਹੈ ਮਾਸਟਰ ਤਾਰਾ ਸਿੰਘ ਤੋਂ ਬਾਅਦ ਵੀ ਕਈ ਦਹਾਕਿਆਂ ਤੱਕ ਬਾਅਦ ਦੀ ਜੇ ਗੱਲ ਕਰ ਲਈਏ ਤਾਂ ਅਕਾਲੀਆਂ ਦਾ ਇਹੋ ਜਿਹਾ ਕਿਰਦਾਰ ਹੁੰਦਾ ਸੀ ਜਦੋਂ ਪਿੰਡ ਦੇ ਵਿੱਚੋਂ ਕੋਈ ਅਕਾਲੀ ਵਰਕਰ ਵੀ ਲੰਘਦਾ ਹੁੰਦਾ ਸੀ ਜਿਹਦੇ ਸਿਰ ਤੇ ਨੀਲੇ ਰੰਗ ਦੀ ਦਸਤਾਰ ਸਜਾਈ ਹੁੰਦੀ ਸੀ ਚਿੱਟੇ ਰੰਗ ਦਾ ਕੁਰਤਾ ਪਜਾਮਾ ਪਾਇਆ ਹੁੰਦਾ ਸੀ ਤਾਂ ਸੱਥਾਂ ਵਿੱਚ ਬੈਠੇ ਲੋਕ ਵੀ ਹੱਥ ਜੋੜ ਕੇ ਖੜੇ ਹੋ ਜਾਂਦੇ ਸੀ ਕਿ ਅਕਾਲੀ ਵਰਕਰ ਜਾ ਰਿਹਾ ਹੈ ਤੇ ਅਕਾਲੀ ਲੀਡਰ ਜਦੋਂ ਲੰਘਦਾ ਹੋਏਗਾ ਤਾਂ ਲੋਕ ਕਹਿੰਦੇ ਰਾਹਾਂ ਦੇ ਵਿੱਚ ਫੁੱਲ ਵਿਛਾਉਣ ਤੱਕ ਜਾਂਦੇ ਸਨ ਇਹਨੂੰ ਪ੍ਰੈਕਟੀਕਲੀ ਨਾ ਦੇਖੀਏ ਇੱਕ ਭਾਵਨਾ ਹੁੰਦੀ ਹੈ ਉਸ ਤਰੀਕੇ ਦੇ ਆਲੋ ਸੋਚਦੇ ਸੀ ਗੁਰਦੁਆਰਿਆਂ ਦੇ ਵਿੱਚ ਜਦੋਂ ਜਾ ਕੇ ਰਾਤਾਂ কাটਦੇ ਸੀ ਅਕਾਲੀ ਲੀਡਰ ਤੇ ਵਰਕਰ ਤਾਂ ਪਰਕਰਮਾਂ ਦੇ ਵਿੱਚ ਸੌਂਦੇ ਹੁੰਦੇ ਸੀ ਸਪੈਸ਼ਲ ਕੋਈ ਏਸੀ ਕਮਰੇ ਉਹਨਾਂ ਲਈ ਬੁੱਕ ਨਹੀਂ ਸੀ ਕਰਵਾਏ ਹੋਏ ਰਹਿੰਦੇ ਪੂਰਾ ਪੂਰਾ ਸਾਲ ਵਾਸਤੇ ਸੋ ਇਸ ਤਰ੍ਹਾਂ ਦੀ ਅਕਾਲੀ ਲੀਡਰਸ਼ਿਪ ਹੁੰਦੀ ਸੀ ਹੁਣ ਕਿਸ ਹਾਲਾਤ ਦੇ ਵਿੱਚ ਹੈ ਇਹ ਆਪਾਂ ਸਾਰੇ ਜਾਣਦੇ ਆਂ ਤੇ ਨਿਗਾਰ ਤਾਂ ਹੀ ਆਉਂਦਾ ਜੇ ਤੁਸੀਂ ਕਦਰਾਂ ਕੀਮਤਾਂ ਨੂੰ ਛੱਡ ਦਿੰਦੇ ਹੋ ਜੇ ਤੁਸੀਂ ਸਿਧਾਂਤਾਂ ਤੋਂ ਥਿੜਕ ਜਾਂਦੇ ਹੋ ਫਿਰ ਨਾ ਆਪਣੇ ਤੁਹਾਡੀ ਇੱਜ਼ਤ ਕਰਦੇ ਨੇ ਨਾ ਹੀ ਸਰਕਾਰੀ ਦਰਬਾਰੇ ਤੁਹਾਡਾ ਕੋਈ ਰੋਬ ਰਹਿੰਦਾ ਹੈ ਇਸੇ ਕਰਕੇ ਸਰਕਾਰਾਂ ਦੀ ਸਿੱਧੀ ਦਖਲਅੰਦਾਜ਼ੀ ਹੈ ਸਾਡੀਆਂ ਸਿੱਖ ਸੰਸਥਾਵਾਂ ਦੇ ਵਿੱਚ ਇੱਕ ਪਰਿਵਾਰ ਤੇ ਐਸਜੀਪੀਸੀ ਦੇ ਪ੍ਰਧਾਨ ਅਤੇ ਜਥੇਦਾਰਾਂ ਦੀ ਨਿਯੁਕਤੀ ਦਾ ਇਲزام ਲੱਗਦਾ ਰਹਿੰਦਾ ਸਭ ਨੂੰ ਸਪਸ਼ਟ ਦਿਖਦਾ ਹੀ ਹੈ ਕੋਈ ਮੰਨੇ ਚਾਹੇ ਨਾ ਮੰਨੇ ਅਕਾਲੀ ਦਲ ਦੀ ਜਿਹੜੀ ਅਕਾਲੀ ਦਲ ਦੀ ਨੀਂਹ ਜਿਸ ਮਕਸਦ ਦੇ ਨਾਲ ਰੱਖੀ ਗਈ ਸੀ ਉਹ ਆਪਣੇ ਰਾਹ ਤੋਂ ਕਿਦਰੇ ਨਾ

ਪੰਜਾਬ ਦੇ ਵਿੱਚ ਸਿੱਖ ਵੰਡੇ ਹੋਏ ਨਜ਼ਰ ਆਉਂਦੇ ਨੇ ਫਿਰ 올 ਇੰਡੀਆ ਗੁਰਦੁਆਰਾ ਐਕਟ ਕਿਵੇਂ ਸਿੱਖਾਂ ਦੇ ਲਈ ਇੱਕ ਛਤਰੀ ਵਰਗਾ ਸਾਬਿਤ ਹੋਵੇਗਾ ਇੱਕ ਛਤਰੀ ਹੇਠ ਇਕੱਠੇ ਹੋਣ ਵਰਗਾ ਸਾਬਿਤ ਹੋਵੇਗਾ ਸਰਕਾਰ ਤਾਂ ਹਮੇਸ਼ਾ ਕੋਸ਼ਿਸ਼ ਕਰਦੀ ਰਹੀ ਹੈ ਕਿ ਉਹ ਧਾਰਮਿਕ ਸੰਸਥਾਵਾਂ ਤੇ ਅਸਿੱਧੇ ਤਰੀਕੇ ਨਾਲ ਕੰਟਰੋਲ ਕਰਦੀ ਰਹੇ ਉਹ ਭਾਵੇਂ ਨਹਿਰੂ ਦੇ ਸਮੇਂ ਹੋਵੇ ਇੰਦਰਾ ਗਾਂਧੀ ਜਾਂ ਫਿਰ ਮੰਜੂ ਦਾ ਸਰਕਾਰ ਦੇ ਸਮੇਂ ਲੋੜ ਹੈ ਬਾਬਾ ਖੜਕ ਸਿੰਘ ਤੇ ਮਾਸਟਰ ਤਾਰਾ ਸਿੰਘ ਵਰਗੇ ਲੀਡਰਾਂ ਦੀ ਮਤ ਪੇਦ ਹੋ ਸਕਦੇ ਨੇ ਮਨ ਪੇਦ ਨਹੀਂ ਹੋਣੇ ਚਾਹੀਦੇ ਸੋਚ ਭਾਵੇਂ ਵੱਖ ਹੋਵੇ ਪਰ ਜਦੋਂ ਸਿੱਖੀ ਤੇ ਪਹਿਰਾ ਦੇਣ ਦੀ ਲਾਵੇ ਤਾਂ ਇੱਕੇ ਦੀ ਆਵਾਜ਼ ਇੰਨੀ ਮਜ਼ਬੂਤ ਹੋਵੇ ਕਿ ਦਿੱਲੀ ਦਾ ਤਖਤ ਵੀ ਹਿੱਲ ਜਾਵੇ ਫੈਸਲਾ ਲੈਣ ਤੋਂ ਪਹਿਲਾਂ ਦਿੱਲੀ ਵੀ 10 ਵਾਰੀ ਸੋਚੇ ਸਿਕ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਹੈ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਰਬਸੰਮਤੀ ਦੀ ਸੋਚ ਨੂੰ ਲਾਗੂ ਕਰਨਾ ਪਵੇਗਾ ਕਿਉਂਕਿ ਸਰਬਸੰਮਤੀ ਦੀ ਸੋਚ ਹਮੇਸ਼ਾ ਸਿਧਾਂਤਾਂ ਤੇ ਆਧਾਰਿਤ ਹੁੰਦੀ ਹੈ ਸੋ ਸਾਡੇ ਮੁਲਕ ਦੇ ਸੰਵਿਧਾਨ ਦੇ ਮੁਤਾਬਿਕ ਜੇ ਕੋਈ ਵੀ ਐਕਟ ਇੱਥੇ ਬਣੇਗਾ ਉਹ ਸਰਕਾਰ ਦੇ ਅਧੀਨ ਹੀ ਬਣੇਗਾ ਸੋ ਇਹ ਗੱਲ ਦਾ ਜਵਾਬ ਤਾਂ ਭਵਿੱਖ ਦੇ ਗਰਮ ਦੇ ਵਿੱਚ ਲੁਕਿਆ ਹੋਇਆ ਹੈ ਕਿ ਇੰਨਾ ਕੁਝ ਗਵਾਉਣ ਇੰਨਾ ਕੁਝ ਦੇ باوجود ਵੀ ਸਿੱਖ ਲੀਡਰ ਜੇ ਹੁਣ ਵੀ ਨਾ ਸਮਝੇ ਸਿੱਖਾਂ ਦੀਆਂ ਸਿਆਸੀ ਜਮਾਤਾਂ ਜੇ ਹੁਣ ਵੀ ਨਾ ਸਮਝੀਆਂ ਹੁਣ ਵੀ ਉਹਨਾਂ ਨੇ ਮੌਕਾ ਨਾ ਸਾਂਭਿਆ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਪੰਜਾਬ ਦੀਆਂ ਕਮੇਟੀਆਂ ਤੇ ਵੀ ਗੈਰ ਸਿੱਖ ਕਾਬਜ਼ ਕੀਤੇ ਜਾਣਗੇ ਖਾਲਸ ਪ੍ਰਾਈਮ ਸਟੋਰੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ ਕੱਲ ਨੂੰ ਫਿਰ ਮਿਲਾਂਗੇ ਇੱਕ ਨਵੀਂ ਸਟੋਰੀ ਦੇ ਨਾਲ